नहीं सोने वाली गल करनी ज्यादा जरूरी है, चुप नहीं रहा जाता। तो की गल करनी नहीं, तुम तो बस घर भी आई हो गल, कोई गल नहीं छेड़नी, लड़ाई पेगी, कोई गल पुछनी नहीं। नाले हुण तेरी भी परख दी घड़ी आ गई। नहीं वो कभी हुण घर ज्यों लैन लगे हैं, आपे तू आनी सी ना जदों घर लोगे तो तेरी मैं मदद करूँगी। लै मैं तो नंबर बनाउण दी मारी नहीं, उत्तों उत्तों सुलह मारी ही, ये तो सच्ची डै पई है पैसे मंगन। भाजी दे के पासे नूं निकल गए जे, तुसीं पैसें दी गल नहीं करन देहागे। कर ली ना गल, आपे दे देणगे। दे देणगे दे देणगे कही जांदे आ। अच्छा नहीं कटणे पैसे, तो मेरी एक गल याद रखियो फिर, ये घर दे विच कोई ना कोई जरूर होगा, मैं बदनामी भी खटा तो मैं अपना हक भी ना रखा। मैं ये दोरे दोरे घाटे नहीं जा सकती, पैसे तो मैं कटने ही कटने, तुही जो मर्जी कर लो फिर। ओ हाँ जी, मैं उन्हें कहन चले कि आ जा पैसे ले जा, हाँ जी तू जिद फड़ी है ना इनू छड़ दे हुण। ਇਹ ਬੰਦੇ ਦਾ ਵੀ ਕੋਈ ਹਾਲ ਨਹੀਂ ਆ, ਆਪਣੀ ਜਿੱਦ ਤੇ ਪਗਾ ਕੇ ਹੀ ਹਟਦੇ ਆ, ਪਰ ਜੋ ਮਰਜ਼ੀ ਹੋ ਜੇ ਮੈਂ ਵੀ ਹੁਣ ਜ਼ਹਿਰ ਕੀ ਇਹ ਗੱਲ ਫੜੀ ਆ ਨਾ ਤੇ ਛੱਡਣੀ ਤੇ ਮੈਂ ਵੀ ਨਹੀਂ ਆ, ਮੈਂ ਵੀ ਆਪਣੀ ਗੱਲ ਕਰਕੇ ਰਹੂੰਗੀ। ਬਥੇਰਾ ਚਿਰ ਚੁੱਪ ਰਹਿ ਰਿਹਾ ਵੇਖ ਲਿਆ ਆ, ਕੀ ਫਾਇਦਾ ਹੋਇਆ, ਕੱਖ ਵੀ ਨਹੀਂ, ਅਗਲੇ ਨੂੰ ਸ਼ਦਾਈ ਸਮਝਦੇ ਆ ਵੀ ਇਹਨੂੰ ਤਾਂ ਕੱਖ ਪਤਾ ਹੀ ਨਹੀਂ ਹੈਗਾ, ਇਹ ਤਾਂ ਭੋਥਾ ਵਾ, ਅਸੀਂ ਭੋਥੇ ਥੋੜ੍ਹੀ ਹਾਂ, ਸਾਨੂੰ ਕਿਹੜੀ ਦੁਨੀਆਦਾਰੀ ਦੀ ਲੋੜ ਨਹੀਂ ਲੱਗੀ, ਹਿਸਾਬ ਕਿਤਾਬ ਸਾਨੂੰ ਵੀ ਬਥੇਰੇ ਨਿੱਕੇ ਨਿੱਕੇ ਕਰਨੇ ਆਉਂਦੇ ਆ, ਜੇ ਚੁੱਪ ਰਹਿ ਰਿਹਾ ਕਿ ਵੇਖ ਲਿਆ ਤਾਂ ਮਤਲਬ ਇਹ ਥੋੜ੍ਹੀ ਜਿਹੀ ਸ਼ਦਾਈ ਆ। ਤੁਸੀਂ ਬਣੇ ਰਹੋ ਹਾਂ ਚੰਗੇ ਆਪਣੇ ਭਰਾ ਦੇ ਨਾਲ ਜਿੰਨੇ ਮਰਜ਼ੀ, ਮੈਨੂੰ ਤਾਂ ਅੱਗੇ ਹੀ ਮਾੜੀ ਕਹਿੰਦਾ ਆ, ਅਤੇ ਕੋਈ ਗੱਲ ਨਹੀਂ ਮੈਂ ਤਾਂ ਗੱਲ ਕਰੂੰਗੀ ਕਰੂੰਗੀ। ਮੰਮੀ ਆ ਵੇਖ ਲਓ ਹੁਣ ਜਾਣ ਲੱਗਿਆ ਫਿਰ ਮੈਨੂੰ ਕਹਿ ਗਏ ਆ ਕਿ ਮੈਂ ਗੱਲ ਨਹੀਂ ਕੋਈ ਕਰਨੀ ਘਰ ਦੇ ਵਿੱਚ, ਕੀ ਗੱਲ ਹੈ ਆਪਣੇ ਪੈਸੇ ਕਟਾ ਨਹੀਂ ਸਕਦੇ ਭਲਾ। ਸੰਦੀਪ ਮੈਨੂੰ ਤਾਂ ਅੱਗੇ ਇੰਨੀ ਪਰੇਸ਼ਾਨੀ ਲੱਗੀ ਆ ਨਾ, ਸੋਚ ਸੋਚ ਕੇ ਮੇਰਾ ਦਿਮਾਗ ਖਰਾਬ ਹੋਣ ਡਿਆ। ਜੇ ਉਹ ਤੈਨੂੰ ਕਹਿੰਦਾ ਵੀ ਨਾ ਕੋਈ ਗੱਲ ਕਰੀ ਤੇ ਨਾ ਹੈ ਕਰ, ਜ਼ਰੂਰ ਤੂੰ ਘਰ ਦੇ ਵਿੱਚ ਇੱਕ ਪੱਤ ਪਾਉਣਾ ਆ, ਹੱਟਦੀ ਤੂੰ ਵੀ ਕੀ ਲੜਾਈ ਨਾ ਕਰ ਲਈ। ਗੱਲ ਲੜਾਈ ਦੀ ਥੋੜ੍ਹੀ ਆ ਮੰਮੀ, ਇਹਨਾਂ ਨੇ ਤਾਂ ਇੱਦਾਂ ਹੀ ਹਰ ਵਾਰੀ ਮੈਨੂੰ ਕਹਿਣਾ ਹੁੰਦਾ ਵਾ ਆਹ ਗੱਲ ਨਾ ਕਰੀ ਲੜਾਈ ਹੋ ਜੂਗੀ, ਚੁੱਪ ਕੀਤੀ ਰਹਿ, ਉਹ ਸੋਚਦੇ ਆ ਇੰਨਾ ਕੁਛ ਜਿਹੜਾ ਅਸੀਂ ਇੱਦਾਂ ਸੋਚੀ ਜਾਈਏ। ਚੱਲ ਕੋਈ ਗੱਲ ਨਹੀਂ, ਉਹਨੂੰ ਕਰ ਲੈਂਦੇ ਨਾ ਆਪਣੀ ਮਰਜ਼ੀ, ਜੋ ਵੀ ਉਹ ਕਰਦਾ ਆ ਤੂੰ ਚੁੱਪ ਕੀਤੀ ਰਹਿ। ਹਾਂ ਕੀ ਗੱਲ ਹੋਈ ਮੰਮੀ ਕਿ ਤੂੰ ਚੁੱਪ ਰਹਿ, ਮੈਂ ਮਨ 'ਚ ਧਾਰ ਲਿਆ ਵਾ ਕਿ ਮੈਂ ਗੱਲ ਕਰਨੀ ਹੈ ਜੋ ਮਰਜ਼ੀ ਹੋਵੇ। ਹਾਂ ਕਰ ਲਾ ਤੂੰ ਵੀ ਜੋ ਕਰਨਾ ਆ, ਨਹੀਂ ਚੁੱਪ ਕਰਨਾ ਵੇ। ਆ ਲੈਂਦੇ ਹੁਣ, ਮੈਂ ਵੀ ਗੱਲ ਕਰਕੇ ਰਹੂੰਗੀ, ਆ ਵੇਖੀ ਜਾਊਗੀ ਜੋ ਹੋਊਗੀ। ਕਪਾ ਤੂੰ ਤਾਂ ਡਰ ਹੁੰਦਾ ਹੀ ਨਹੀਂ ਨਾ ਤੈਨੂੰ ਵੀ। ਵਿੱਕੀ ਆਈ ਮੈਂ ਪੈਸੇ ਲੈਣ ਤੇ ਆ, ਆ ਜਾਣ ਕੇ ਕਰ ਲਈਏ ਹਿਸਾਬ ਕਿਤਾਬ। ਹਾਂਜੀ ਮੰਮੀ, ਬਸ ਬਣ ਜਾਣੀ ਥੋੜ੍ਹੇ ਦਿਨਾਂ ਤੱਕ ਗੱਲ। ਵਿੱਕੀ ਦੋ ਮਿੰਟ ਰੁਕਿਓ ਮੰਮੀ, ਮੈਂ ਤੁਹਾਡੇ ਨਾਲ ਬਾਅਦ 'ਚ ਕਰਦੀ ਹਾਂ ਗੱਲ। ਚੰਗਾ, ਕੀ ਕਹਿਣ ਡੇ ਸੀ ਭਾਅ ਜੀ? ਉਹ ਕਹਿਣ ਡਿਆ ਕਿ ਆ ਕੇ ਪੈਸੇ ਲੈ ਜਾ। ਹੁਣ ਪੈਸੇ ਲੈਣ ਜਾਣਾ ਨਾ ਤਾਂ ਇਹ ਨਾ ਹੋਵੇ ਤੁਸੀਂ ਆਖੋ ਕਿ ਕੋਈ ਨਹੀਂ ਮੈਨੂੰ ਤਾਂ ਆਪਣੇ ਭਰਾ 'ਤੇ ਯਕੀਨ ਹੈ, ਇੱਦਾਂ ਹੀ ਪੈਸੇ ਲੈ ਆਇਓ, ਇਕੱਲਾ ਇਕੱਲਾ ਪੈਸਾ ਗਿਣ ਕੇ ਲਿਆਇਓ। ਗਿਣ ਕੇ ਲਊਂਗਾ, ਐਡਾ ਵੀ ਮੂਰਖ ਨਹੀਂ ਹੈਗਾ। ਜਦੋਂ ਮੈਂ ਨਾ ਤੁਹਾਡੇ ਨਾਲ ਕੋਈ ਗੱਲ ਕਰਦੀ ਹਾਂ ਨਾ ਤੁਸੀਂ ਕਦੇ ਮੈਨੂੰ ਨਾ ਗੁੱਸੇ 'ਚ ਬੜਾ ਬੋਲਦੇ ਜੇ, ਮੈਂ ਸਗੋਂ ਦੱਸਦੀ ਹਾਂ ਕਿ ਸਗੋਂ ਇੱਦਾਂ ਕਰ ਲਿਆ ਕਰੋ ਵੀ। ਤੂੰ ਤਾਂ ਐਂ ਕਰਦੀ ਹੈ ਕਿ ਜਿੱਦਾਂ ਮੈਨੂੰ ਕਿਸੇ ਗੱਲ ਦਾ ਪਤਾ ਨਹੀਂ ਹੁੰਦਾ। ਮੈਨੂੰ ਪਤਾ ਤੁਹਾਨੂੰ ਸਾਰੀਆਂ ਗੱਲਾਂ ਦਾ ਪਤਾ, ਮੈਂ ਸਿਰਫ ਤੁਹਾਨੂੰ ਇਹ ਕਹਿੰਦੀ ਹਾਂ ਕਿ ਇਹ ਨਾ ਹੋਵੇ ਕਿ ਅਗਲੇ ਨੇ ਨੋਟਾਂ ਦੇ ਉੱਤੇ ਰਬੜ ਚੜ੍ਹਾਈ ਹੋਵੇ ਅਤੇ ਤੁਹਾਨੂੰ ਇੱਦਾਂ ਹੀ ਫੜਾ ਦੇਣ ਅਤੇ ਤੁਸੀਂ ਇੱਦਾਂ ਹੀ ਲੈ ਆਇਓ। ਬਾਅਦ 'ਚੋਂ ਇੱਕ ਅੱਧੀ ਨੋਟ ਦਾ ਵੀ ਘਾਲਾ ਮਾਲਾ ਹੋ ਗਿਆ ਅਤੇ ਬਸ ਇਸੇ ਗੱਲੋਂ ਲੜਾਈ ਪੈ ਜਾਣੀ ਆ। ਇਹਨਾਂ ਦੀਆਂ ਹੀ ਮੰਨੀ ਜਾਓ ਬਸ, ਜੋ ਇਹ ਕਹਿੰਦੇ ਉਹ ਹੀ ਕਰੀ ਜਾਓ। ਉਹ ਹੱਟ ਜਾ ਹੁਣ ਬੋਲਣੋਂ, ਹੱਟ ਜਾ, ਕਿਉਂ ਤੂੰ ਕਿਸੇ ਦਾ ਸਿਰ ਪੜਵਾ ਕੇ ਹੱਟਣਾ ਵਾ? ਮੈਂ ਤਾਂ ਜਾ ਕੇ ਸਿਰ ਪਰੋਣੀ ਆ ਕੇ। ਚੰਗਾ ਬਾਬਾ, ਮੈਂ ਉਹਨੂੰ ਕਹਿ ਕੇ ਆਇਆ ਵਾਂ ਕਿ ਆਪਣੇ ਪੈਸੇ ਲੈ ਜਾ, ਤੇ ਜਾ ਕੇ ਪੈਸੇ ਲੈ ਕੇ ਆ। ਉਹ ਏਡਾ ਔਖਾ ਕੋ ਵੇਨੀ ਆ ਮੇਰੇ ਵੱਲ? ਆ ਵੇਖ ਲਾ ਮੰਮੀ, ਹਟਦੀ ਨਹੀਂ ਉਹ ਆਪਣੀ ਜਿੱਦ ਤੋਂ ਇਹ ਵੀ। ਕਵਲ ਮੈਂ ਕਿੰਨਾ ਮੱਥਾ ਮਾਰਿਆ ਇਹਦੇ ਨਾਲ, ਉਹ ਕਿਹੜੀ ਆਖੀ ਲੱਗਣ ਡਈ ਆ? ਰੁਕ ਜਾ ਮੇਰੀ ਗੱਲ ਸੁਣੋ। ਹਾਂ ਦੱਸ। ਮੈਂ ਵੀ ਤੁਹਾਡੇ ਨਾਲ ਚੱਲਦੀ ਹਾਂ। ਤੂੰ ਕੀ ਕਰਨਾ ਉੱਥੇ? ਆਪਾਂ ਦੋਵੇਂ ਜਣੇ ਪੈਸੇ ਗਿਣ ਕੇ ਲਿਆਵਾਂਗੇ। ਚੱਲ ਠੀਕ ਆ, ਆ ਜਾ, ਪਰ ਮੇਰੀ ਇੱਕ ਗੱਲ ਸੁਣ ਲਾ, ਉੱਥੇ ਕੋਈ ਵੀ ਗੱਲਬਾਤ ਹੋਊਗੀ ਨਾ ਤੂੰ ਦੰਦ ਤੋਂ ਦੰਦ ਨਹੀਂ ਚੁੱਕਣਾ। ਮੈਨੂੰ ਪਤਾ ਵਾ ਭਾਬੀ ਨੇ ਬੋਲੋ ਨਾ ਰਹਿਣਾ ਨਹੀਂ, ਉਹਨੂੰ ਬੋਲ ਲੈਣ ਦੀ, ਜਿੰਨਾ ਜ਼ਿਆਦਾ ਬੋਲੂਗੀ ਨਾ ਵੀਰ ਦੀਆਂ ਨਜ਼ਰਾਂ ਦੇ ਵਿੱਚ ਉਹਦਾ ਵਕਾਰ ਓਨਾ ਹੀ ਜ਼ਿਆਦਾ ਡਿੱਗਣਾ ਆ। ਠੀਕ ਆ ਠੀਕ ਆ, ਨਹੀਂ ਕੋਈ ਗੱਲ ਨਹੀਂ, ਤੂੰ ਦੰਦ ਤੋਂ ਦੰਦ ਨਹੀਂ ਚੁੱਕਣਾ ਉੱਥੇ। ਚੰਗਾ।
आ गया बैठ हाल किन्ने मारला गिनती चल तो ही गिने होने दस दो ताड़े ते कोई बेतबारी आ नहीं फिर भी गिनने चाहिए आ एक नब्बे आए एक नब्बे आहो पूरे पैसे करने हैं ना दो भी गल हुई हूँ एक नब्बे का तो दे जे विक्की मेरे को होए ही इन्ने आ पूरे पैसे का प्रबंध होया नहीं मैं चल कोई गल नहीं बाकी तेन मैं थोड़े दिन रोक के दे देना वा दे दांगे नहीं देने ही इन्ने आ ना केड़ी खुशी विच जो दो भी बनता वा फिर केड़ी गल एक नब्बे देना वा बाकी मैं अपने सोने दे नहीं कट्टने विचो आ वेखला वेखला गल केड़ी चलन दी है ते केड़ी गल दा रेड़का पाता विच है जी मैं अपने सोने दे कट्टने आ जो मैं क्या चंगा भला कि सोने दे दे दूंगा फिर केड़ी गलो कट्टन दे जो हुण मैनूं पूरी रकम दो मेरी मेरी रकम नहीं खराब करनी हैगी अच्छा ते हाडा कहना खराब करके ते तैनूं ओह मिलदा है हक ना केड़े कंजर ने खराब कीता वा मैं सिर्फ ये क्या भी गहने पाया वा ते गहने बिना पूछे किदा पा लिया मेरा सोना ही मेरा तू बिना पूछे किदा गहने पा लिया ते मगर तोड़ी कह दिया जदो छटाया जाऊगा छटा दांगे जदो हाडी पहुंच पाऊगी उदो मोड़ दांगे जदो मम्मी ने उहनूं पाया वा ते हाडा कोई हक नहीं बनदा तू दस वीर ਯਾਰ ਵਿੱਕੀ ਤੇਰਾ ਵੀ ਤਾਂ ਫਰਜ਼ ਬਣਦਾ ਹੀ ਨਾ ਤੇ ਬਈ ਮੈਂ ਗਹਿਣੇ ਪਾਉਣ ਲੱਗਾ ਹਾਂ ਜਾਂ ਮੈਨੂੰ ਲੋੜ ਵਾ ਵੀਰ ਤੂੰ ਤਾਂ ਚੁੱਪ ਹੀ ਕੀਤਾ ਰਿਹਾ ਵੇਖਣ ਡਿਆ ਵਾਂ ਮੈਂ ਤੇਰੀ ਇਸ ਘਰ ਦੇ ਵਿੱਚ ਕਿੰਨੀ ਕੁ ਚੱਲਦੀ ਆ ਜਿਹਦੀ ਚੱਲਦੀ ਅਗਲੀ ਡੇਕ ਨਹੀਂ ਬੋਲਣ ਸਿਰ ਚੜ ਕੇ ਅੱਛਾ ਅਵਲ ਤੇ ਉਹ ਕੋਈ ਗੱਲ ਕਰਦੇ ਨਹੀਂ ਤੇ ਜੇ ਉਹ ਗੱਲ ਕਰਨ ਲੱਗਦਾ ਨਾ ਤੇ ਤੂੰ ਹਾਂ ਗੱਲ ਕਹਿ ਕੇ ਤੇ ਉਹਨੂੰ ਚੁੱਪ ਕਰਾ ਦਿੰਦਾ ਵਾ ਆਪ ਤੂੰ ਕਿੰਨਾ ਬੋਲਦਾ ਵਾ ਤੇਰੀ ਜੂ ਚਾਬੀ ਭਰ ਕੇ ਲੈ ਆਉਂਦੀ ਆ ਆਹੋ ਬਹੁਤ ਚਾਬੀ ਭਰ ਕੇ ਲੈ ਆਉਂਦੀ ਆ ਤੇ ਉਹ ਨਹੀਂ ਬੋਲਦੇ ਉਹਦੇ ਬੰਦੇ ਦਾ ਮੈਂ ਗੱਲ ਕੋਈ ਨਾ ਕੋਈ ਆਪ ਕਰੂਹੀ ਕਰ ਛੱਡਣੀ ਹੁੰਦੀ ਆ ਤੇ ਨਾ ਉਹਦਾ ਲਾ ਦਿਆ ਕਰੋ ਕਿ ਉਹ ਚਾਬੀ ਭਰਦੀ ਆ ਨਹੀਂ ਪਹਿਲੀ ਗੱਲ ਦਾ ਹੱਕ ਬਣਦਾ ਹੀ ਹੋਣਾ ਗੱਲ ਦਾ ਰੇੜਕਾ ਪਾਉਣ ਦਾ ਤੇ ਤੇਰਾ ਕਿੰਨਾ ਕੁ ਹੱਕ ਬਣਦਾ ਸੀ ਸਾਡਾ ਸੋਨਾ ਨੱਪਣ ਦਾ ਨੱਪਿਆ ਵਾ ਤੁਸੀਂ ਸਾਡਾ ਸੋਨਾ ਚੱਲ ਠੀਕ ਆ ਜੀ ਆਹ ਗੱਲ ਵਾ ਨਾ ਜੇ ਇਹੋ ਹੀ ਗੱਲ ਵਾ ਤੇ ਮੇਰੀ ਗੱਲ ਯਾਦ ਰੱਖਿਓ ਅੱਜ ਤੁਸੀਂ ਮੈਂ ਤੁਹਾਡੀ ਦਾੜ ਥੱਲੇ ਆਇਆ ਹਾਂ ਨਾ ਤੇ ਕਿਸੇ ਨਾ ਕਿਸੇ ਨੂੰ ਤੁਸੀਂ ਮੇਰੀ ਦਾੜ ਥੱਲੇ ਆਓਗੇ ਅੱਜ ਪੈਸੇ ਦੇਣੇ ਤਾਂ ਆਪਣੇ ਕੱਟਣ ਦੇ ਜੇ ਨਾ ਤੇ ਕੋਈ ਗੱਲ ਨਹੀਂ ਆ ਜਾਓਗੇ ਕਿਸੇ ਵੇਲੇ ਦਾੜ ਥੱਲੇ ਫਿਰ ਤੁਹਾਨੂੰ ਮੈਂ ਦੱਸੂਗਾ ਕਿੱਦਾਂ ਪੈਸੇ ਕੱਟੀ ਦੇ ਕਿਹੜੇ ਭਾਅ ਵਿਕਦੀ ਆ ਉੱਥੇ ਪੈਸੇ ਦੇਣੇ ਤੇ ਮਾਹ ਜੇ 30-35 ਹਜ਼ਾਰ ਰੁਪਇਆ ਕੱਟ ਕੇ ਤੇ ਬਹਿ ਗਏ ਆ ਆ ਵੀ ਰੱਖ ਲਓ ਫਿਰ ਤੁਹਾਨੂੰ ਤਾਂ ਮੈਂ ਚੁੱਪ ਕਰ ਰਹਾ ਹੌਸਲੇ ਨਾਲ ਗੱਲ ਕਰ ਲੈ ਕੀ ਚੁੱਪ ਕਰਾ ਉੱਥੇ ਥਾਂ ਲੈਣ ਲੱਗਾ ਉਹ ਮਰੀ ਚੱਲਿਆ ਨਹੀਂ ਚੰਗਾ ਲੱਗਦਾ ਉਹਦੇ ਦੱਸ ਦੋ ਮੈਂ ਸਾਰਾ ਕੁਝ ਵੇਚ ਵੂਚ ਕੇ ਚੱਲ ਜਾਣਾ ਫਿਰ ਇੱਥੋਂ ਵਿੱਕੀ ਬਹਿ ਇੱਥੇ ਯਾਰ ਆਪਾਂ ਕਰਦੇ ਆ ਨਾ ਗੱਲ ਯਾਰ ਤੂੰ ਕਹਿ ਮੰਨਦੇ ਆ ਬਸ ਕਰ ਲਈ ਤੂੰ ਵੀ ਵੇਖ ਲਿਆ ਮੈਂ ਤੇਰੇ ਵੀ ਦਿਲਾਂ 'ਚ ਕਿੰਨਾ ਕੁ ਤੇਲ ਆ ਵਿੱਕੀ ਬਕਵਾਸ ਬੰਦ ਕਰ ਆਪਣੀ ਬਹੁਤ ਜ਼ਿਆਦਾ ਨਹੀਂ ਬੋਲਣ ਦੇ ਪਿਆ ਤੂੰ ਆਹੋ ਮੈਂ ਡੈ ਪਿਆ ਜ਼ਿਆਦਾ ਬੋਲਣ ਉਹ ਜਿਹੜੀ ਜ਼ਿਆਦਾ ਬੋਲਦੀ ਆ ਉਹਨੂੰ ਚੁੱਪ ਕਰਾ ਚਾਰ ਗੁਣਾ ਜ਼ਿਆਦਾ ਬੋਲਦੀ ਆ ਮੇਰੇ ਕੋਲੋਂ ਉਹਨੂੰ ਚੁੱਪ ਕਰਾਇਆ ਨਹੀਂ ਜਾਂਦਾ ਤਾਂ ਵਿੱਕੀ ਨੂੰ ਚੁੱਪ ਕਰਾ ਲਓ ਜਦੋਂ ਸੱਚੀਆਂ ਸਾਈਂਦੀਆਂ ਨਾ ਇਦਾਂ ਮੁੜ ਕੇ ਗਾਲੀਆਂ ਬੋਲਦਾ ਮੁੜ ਕੇ ਜਾਣ ਦੀ ਹਿੰਮਤ ਹੋ ਗਈ ਫਿਰ ਮੈਂ ਕੀ ਗੱਲ ਕਰੇ ਹਾਂ ਭੱਜ ਕੇ ਜਾਂਦਾ ਏਡੀ ਛੱਡੀ ਗੱਲ ਤੇ ਚੰਗੀ ਭਲੀ ਕਰਨ ਦਿਆ ਤੁਸੀਂ ਅੱਗ ਲਾਉਣੀ ਗੱਲ ਕਰ ਦਿੰਦੇ ਹਰ ਵਾਰ ਤੁਸੀਂ ਮੈਂ ਹੀ ਅੱਗ ਲਾਉਣੀਆਂ ਗੱਲਾਂ ਕਰਦੇ ਤੁਸੀਂ ਨਹੀਂ ਕੁਝ ਵੀ ਕਰਦੇ ਕੋਈ ਨਹੀਂ ਅੱਗ ਲਾਉਂਦੇ ਨਹੀਂ ਮੰਮੀ ਜੀ ਸਾਰੇ ਅੱਗ ਲਾਉਂਦੇ ਨਹੀਂ ਲਾਈਏ ਨਹੀਂ ਆ ਵੇਖ ਲੈ ਮਾਤਾ ਜਿੱਦਣ ਦਾ ਕਰ ਲੈਂਦਾ ਨਾ ਲਿਆ ਨਾ ਇਹ ਤੇ ਦੋਵੇਂ ਜੀ ਸੜ ਗਏ ਵੀ ਇਹ ਘਰ ਕਦੋਂ ਲੈਣ ਲੱਗਿਆ ਇਹ ਉੱਥੇ ਭੁੱਜਦੇ ਵੇਂਦੇ ਨਾ ਫੇਰ ਇਹ ਚੰਗੇ ਸੀ ਨਹੀਂ ਜਾ ਚੁੱਪ ਕਰਕੇ ਤੇ ਜਾ ਇਹੋ ਜਿਹੀ ਆਦਤਾਂ ਨਾ ਤੈਨੂੰ ਪਈਆਂ ਵਾ ਭੁੱਖੇ ਘਰ ਦੀ ਆਈ ਮੈਨੂੰ ਲੱਗਦਾ ਜਿਹੜੀ ਇਦਾਂ ਦੀਆਂ ਗੱਲਾਂ ਕਰਦੀ ਆ ਆਹੋ ਮੈਂ ਆ ਗਿਆ ਤੁਹਾਡੇ ਨੇ ਉੱਥੇ ਪਿੱਛੇ ਬੜੇ ਮਹਿਰ ਪਏ ਆ ਨਾ ਬਥੇਰਾ ਕੋਹਵਾ ਨਹੀਂ ਬਥੇਰਾ ਕੋਹ ਨਹੀਂ ਕਰਦੇ ਕੇ ਸੜਦੇ ਆਹੋ ਤੁਹਾਡੇ ਨਾਲ ਕੋਈ ਵਾਰੇ ਆ ਹੀ ਨਹੀਂ ਸਕਦਾ ਤੂੰ ਵੀ ਬੱਸ ਕਰਦੇ ਸੰਦੀਪ ਵੇਖਿਆ ਜੇ ਮੰਮੀ ਕਿੱਦਾਂ ਬੋਲ ਕੇ ਗਏ ਦੋਵੇਂ ਜਾਣੇ ਨਹੀਂ ਚੁੱਪ ਕਰ ਜਾ ਤੇਰਾ ਨਹੀਂ ਮੈਨੂੰ ਪਤਾ ਤੇ ਉਹਨਾਂ ਦਾ ਨਹੀਂ ਮੈਨੂੰ ਭੁਲੇਖਾ ਸਾਰੀ ਪੁਆੜੇ ਦੀ ਜੜ ਤੂੰ ਆ ਜਿੰਨਾ ਸਟੈਪਾ ਪਾਇਆ ਤੂੰ ਪਾਇਆ ਜੇ ਤੂੰ ਸੋਨੇ ਦਾ ਨਾਲ ਪੁਆੜਾ ਪਾਉਂਦੀਆਂ ਤੇ ਕੋਈ ਗੱਲ ਹੋਣੀ ਨਹੀਂ ਹਟੀ ਨਹੀਂ ਕਿ ਤੂੰ ਜਿੰਨਾ ਦਾ ਤਮਾਸ਼ਾ ਲੱਗ ਨਹੀਂ ਗਿਆ ਤੈਨੂੰ ਕਹਿੰਦੇ ਵੀ ਰਹੇ ਆ ਨਾ ਆ ਗੱਲ ਕਰੀ ਨਾ ਆ ਗੱਲ ਕਰੀ ਇਹੋ ਕੁਝ ਹੀ ਹੋਣਾ ਇਓ ਹੋ ਗਿਆ ਨਾ ਉਹੋ ਕੁਝ ਤੇ ਫਿਰ ਕੀ ਹੋ ਗਿਆ ਜੇ ਹੋ ਗਿਆ ਤੇ ਫਿਰ ਕੀ ਹੋ ਜਾਂਦਾ ਜੇ ਕੋਈ ਮਰ ਵੀ ਜਾਂਦਾ ਤੇ ਫਿਰ ਕੀ ਆ ਦੁਨੀਆ ਜੰਮਦੀ ਆਈ ਆ ਮਰਦੀ ਆਈ ਆ ਫਿਰ ਤਾਂ ਹੀ ਤੇਰਾ ਮੂੰਹ ਤੇ ਕਹਿ ਕੇ ਗਏ ਆ ਨਾ ਵੀ ਇਹ ਸੜ ਗਏ ਆ ਫਿਰ ਆਹ ਗਲਤ ਨਹੀਂ ਨਾ ਅਗਲੇ ਨੇ ਕਹਿਣੀ ਏਦਾਂ ਕਰੋ ਫਿਰ ਆ ਘਰ ਦੇ ਦੋ ਉਹਨਾਂ ਨੂੰ ਤੇ ਉੱਥੇ ਆਪਾਂ ਚੱਲ ਜਾਂਦੇ ਆ ਤੇ ਲੈ ਲੈਂਦਾ ਇਹ ਲੈ ਲੈਂਦਾ ਉਹ ਉਹ ਵੀ ਗਲਤ ਕਰੋ ਗੱਲ ਫਿਰ ਜਾ ਕੇ ਉਹਨਾਂ ਤੇ ਉਹ ਵੀ ਨਹੀਂ ਹੈਗਾ ਮੈਂ ਤੇ ਆਪ ਕਹਿੰਦਾ ਵਾਂ ਕਿ ਉਹ ਵੀ ਘੱਟ ਨਹੀਂ ਹੈਗਾ ਉਹਨੇ ਤਾਂ ਮੇਰੀ ਸ਼ਰਮ ਨਹੀਂ ਕੀਤੀ ਕਿ ਵੱਡੇ ਭਰਾ ਦੇ ਨਾਲ ਗੱਲ ਡਿਆ ਵਾਂ ਕਰਨ ਕਿੱਦਾਂ ਗੱਲ ਕਰਨੀ ਆ ਕਿੱਦਾਂ ਨਹੀਂ ਉਹ ਜਿੰਸ ਦੇ ਅੱਗੇ ਪਤਾ ਹੀ ਜਿੱਦਾਂ ਦੀ ਹੈਗੀ ਆ ਤੂੰ ਤਾਂ ਸਮਝਦਾਰ ਹੋ ਗਿਆ ਇਹੋ ਗੱਲਾਂ ਕਰ ਕਰਕੇ ਤੇ ਤੁਸੀਂ ਉਹਨਾਂ ਨੂੰ ਭੂਵੇ ਚੜਾ ਲਿਆ ਵਾ ਲਾ ਲਓ ਹੁਣ ਫਿਰ ਭੂਏ ਉਹਨਾਂ ਨੂੰ ਜਿਹੜੇ ਚੜੇ ਆ ਮੈਨੂੰ ਕਹਿੰਦਾ ਬਕਵਾਸ ਨਾ ਕਰ ਆਪਣੀ ਜ਼ਬਾਨ ਨਹੀਂ ਖੋਲਦੀ ਇਹਨਾਂ ਗੱਲ ਕੋਈ ਕਰ ਲਈ ਤੇ ਬਾਅਦ ਚ ਕੋਈ ਨਾ ਤੂੰ ਵਰਤੋਂ ਪੈ ਚੁੱਕ ਲਿਆ ਹੀ ਮੈਂ ਤਾਂ ਉਹਨਾਂ ਦੇ ਮੂੰਹ ਤੇ ਮਾਰ ਕੇ ਆਇਆ ਸੀ ਨਾ ਹੁਣ 30,000 ਦੇ ਬਦਲੇ ਇੰਨੀ ਵੱਡੀ ਰਕਮ ਉਹਨਾਂ ਨੇ ਕੋਲ ਛੱਡ ਆਈਏ ਹੱਦ ਕਰਦੇ ਆ ਤੁਸੀਂ ਵੀ ਹੱਦ ਕੀ ਕਰਨੀ ਆ ਮੈਂ ਜਿਹੜੀ ਉਹਨਾਂ ਨੇ ਕੀਤੀ ਉਹ ਘੱਟ ਆ
बकवास ना कर, उन्हें इन्ना भी पता वा कि वोटी भी लग गया कि गला कर दिया तेन गला करनी मगर लगा वा गल होर कोई नहीं हैगी ठंडे दिमाग ना सुनियो ते सोच समझ के फैसला लियो। तुसी कल्ले जाने खप चले जे दोरा दोरा काम करके पैड़ियां विच भी ते मोल विच भी ते कमा कमा के दे जांदे जे सांझे कर ओ ते मां जे बने आ राजे। तुसी अपना हिसाब लाओ तुसी किन्ना कमाउंदे जे महीने दा 40,000 ते ओ 30,000 रुपया ते तुहानू की बचन दिया। ए चीजां नहीं ना इन्हां नू देखदियां, मैं मर चलां दोरे दोरे काम कर करके रात नू उठ उठ के पानी लाउण जांदा, ए नहीं इन्हां नू देखदा, सवेरे उठ के सारा दिहाड़ी मेरी मोल ते लंघ जांदी आ। इहो ते मैं तुहानू कहना चाहुंदी आ तुसी कातों मरंडे जे दोरा दोरा काम करके करो इन्हां नाल कोई गलबात कि मैं नहीं जे तुहाडी पैली वाहुणी ते मोल दा भी करो कोई हल। करना ही पैणा इन्हां दे नाल, तुसी जाके इन्हां नू कहो कि असीं नहीं वाहुणी तुहाडी पैली पूली, जाके जिहदे को मर्जी वहाओ। नहीं हाँ काम नहीं करना। हाँ इहो गल्लां ते फिर तुहाडियां माड़ियां नहीं उसे वेले ही। ओ पागले दिमाग कोलों काम लै, कहिण नू की आ मैं कह भी दऊंगा, अगले होर किसे नूं दे भी देणगे ठेके दे देणगे, दस उन्हां दी पैली तो वगदी हो जाणी आ। हुण मेरे तो हाथ चढ़िया वा काम रसे पिया वा, आपां इदां करदे आ आपां लैंदे आ इन्हां वाली पैली ठेके ते, इन्हां नूं दिंदे आ ठेका, आपां जो अद्ध देण डे आ फसल दे विचों वी, सारा काम तो मैं ही कर डिया वा तो बाद च वी मैं ही करना, तो मोल दा वी ना हिस्सा कढ़दे आ। सही गल लगी समझ, मैं करूँगा अपना इत्थे जिहड़ा काम कर डिया वा ओ ये अपना उत्थे करी जावे नौकरी, ये तो कर नहीं डिया वा, तो जे कहूगा मैनू नहीं वारा खांदा तो फिर अपनी नौकरी छड्डे, इत्थे हैगा जिहड़ा 1.5 किला अपना वाही जावे फिर। आहो भी ठीक है आपां भी खपी जाणा वा, तो इदां कर जां सद के लिया उहनू इत्थे, जे उत्थे जाके गल करदे आ ना तो भाभी नू बड़ी अग लगदी आ, उहने कोई फैसला नहीं होण देणा, तो जाके सीधी गल कही वीर नू कि विक्की डिया उधर सदन तुहाडे नाल कोई गल करनी आ तो इत्थे आके गल कर ले, जा हुणे जा। रोज़ रोज़ दे रौले नालों अज गल नबेड़ ही लैने आदा, एक गल हैगी पढ़ी है दो जमात हैगी कि नहीं, पर दिमाग बड़ा काम करता, कदी कदी वाह वाह पत्ते की गल कर जाती है, ताइया तो भाभी हाथ धो के दे मगर पई आ। भाजी तुम उधर विक्की सदन डे इतने आ जा। नहीं वह कहते उधर आके मेरी गल सुनियो तो नाले कल आयो। चल मैं आ गया। कवल जाना है ना तो लड़ाई वाली नहीं कोई गल करनी, ओदा सुभा बड़ा काला आ तो तू मेरा पुत ठंडा रहना आ। मम्मी जे मैं लड़ना हों तो इतें ही ना लड़ लेंदा, मैं नहीं लड़ाई करता, मेरी ना फिक्र तुम करो। मैं भी जानी हाँ नाल। तू ना चुप करके बैठी रह। क्यों तेन पता के गल आखन डा वा? क्यों आहो तू गलाजे मैं आपे बुरी लगना वा, मेरे लिए इन्होंने स्पैशल सुना भेजा कि वह ना लाड़ आवे कला आवे, बाबा बन जा फिर हाथ वेखण कमाई होण डूगी तेन। हाँ विक्की इधर आवाज मारी, उधर आ जाना ही। उधर की आना वीर, उधर तो तेनों पता ही आ भाभी डह पे फिर गाड़ियों बोलन, एवं कोई वध घट मूँह निकलूगी, जिहड़ी कोई एक बारी मूँह निकल जाती है फिर सारी उम्र मूँह दे विच पैंदी नहीं हैगी गल। चल विक्की यार समझीदा हुंदा वा गल नूं, तू वी तो बथेरा बोल आया ही, मैनू की कुछ तू बोल दिता? मैनू चंगा लगता वीर, तू मेरे नालों वड्डा आ, मैनू आप नूं चंगा नहीं लगता इदां बोलदिया, हुण गुस्से दे विच कोई ना कोई वध घट गल हो जाती है, इस करके मैं तैनूं इधर सद्या कि आपां इधर बह के आराम नाल गल कर लईए, तीजा बंदा साडे विच बोलना नहीं चाहिए। चल ठीक आ, मैं भी उन्हां नूं मना कर आया भी इधर ना आयो। हाँ दस तू की गल करनी है? वेख वीर
मैं तो इन्ना क तंग आ गया ना रोज़ रोज़ के रौले नालों, मैं चाहना वा भी आप नबेड़ा कर ही लीए साडे च आने वाले टाइम जिनी क बनी है ना इन्नी क बनी रह जाए, वो थोड़ी बहुत ही साडे च रह जाए कि बिल्कुल ही अं एक दूजे नालों आडो पाट हो जाना वा। मैं तो भरावा यहोजा कभी भी नहीं चाहता, मैनू वे पुछ के मेरे अंदर की कुछ चलता रहा वो मैं तो दसदा ही नहीं। तो फिर एको गल आ वीर, मैं कहना वा कि आप अपना जोड़ा काम वा ना यद भी नबेड़ा कर लीए। वेख वीर आप दोवें भरावान ने रजामंदी अपना मुल पाया है, तो मैं कहना आप मुल पा लीए, जे तुहानू वारा खांदा तुसीं रख लियो नहीं तो मैनू दे दिओ, तो पैली कर ला अपनी अदो अद ठीक आ। मैं तो यह कह दिया वा कि चल मैं हुण इत्थे काम कर नहीं दिया वा ठीक आ, जो भी तुहानू लगता सही सही तुसीं मुल पा लो, आपां तुहानू वो पैसे दे दिंदे आ ठीक आ। वीर गल इदां वा कि जे तो हुण तूं धार ही लिया वा, पहली गल तो मैं ये चाहुंदा सी कि जिद्दां वधिया चलदा आउंदा चली जांदा, अपने दोवां भरावां दे विच कोई इहो जी गल ना होवे हैं तो सारा कुछ कट्ठा चली जाए। मैनूं पता वा भी गल्लां निकलदियां निकलदियां गांह दियां गांह बहुत कुछ बन जाना वा, तो मैं कहना अपना काम जिहड़े आ ना वखो वख कर लीए, अपनी कमाई वखो वख कर लीए, मेरे को होर बर्दाश्त नहीं हुंदा। तू वेख ही लिया की बन दिया वा इस घर दे विच, हुण तू नौकरी करन दिया वा, जे तेरा दिल करदा वा तू नौकरी कर, जे तेरा नहीं दिल करदा तू नौकरी छड्ड के आ के इत्थे अपना काम कर ला, अपनी पैली सांभ तो तू अपना मोल सांभ, मैं वेख लूंगा फिर जो भी करना होगा जे तेनू चंगा लगता। तो जे तू चाहना वा भी हाँ तेरा वधिया काम चलन डिया नौकरी का तो तू नौकरी करनी आ तो फिर मोल मैनू छड्ड दे, तो पैली वीर मैं तेरी ठेके ते वाही जाऊँगा, मैं तुहानू ठेका दे दिया करूँगा वाह। मैं कहना वा कि अपना काम जिहड़ा वा नबेड़ लीए। वेख वीर मेरे को रोज़ रोज़ भाभी दे नाल पोटे नहीं पन्ने जाते, अजे भरा भरा हिसाब किताब करना तो चंगे लगते आ, द्योर भरजाई इदा के हिसाब किताब करते नहीं चंगे लगते, जनानिया नूं समझ नहीं आउंदी। बंदा जचदा भी नहीं हैगा, तू चुप कर मैं डिया ना गल कर। वह चल ठीक आ पर गल ये ना भी वह घर रही हूँ घर किवें चला हिसाब किताब उन्हू पता, ये करके वह हिसाब कर लेंदी आ, तू तो एवें गल नूं ज़्यादा चल हवा दे जाना वा। चल मैं फिर भी हूँ वह गल किसी छेड़दा ही नहीं आ, मैं तो यह कहना वा भी जदों तू हूँ सोच ही लिया वा कि बई सारा कुछ वक्खरा करना वा तो मेरे हूँ कुंडी अड़ाया जी है ना कुंडी अड़ी नहीं रहनी, ये हूँ कम जरा वा खिलर गया वा, वोट आलने के चो डिग गया वा, ये दोबारा पालने के पैना नहीं है। तो ठीक आ मॉल वाला काम मेरे को वैसे भी नहीं सामभिया जाना क्योंकि मैनू हूँ वो बारे कुछ पता नहीं है, लोगों के नाल जो गल्लां बातां तेरिया ने वो तेरिया ही रहनिया ने, मैनू समझ च नहीं पैनिया मेरी च। तो ठीक आ तू जिवें तेनों सही लगता करी चल, चल पैली तू वही जा तो ठेका दे जा आपां, पर यह आ भी झोने वाले झोना पक लैण दे। नहीं झोने का करांगे आपां हिसाब किताब, आपां कणकों जिहड़ा वा ठेका कर लांगे, जो ठेका चलन डिया वा जे तू भरा अपने निक्का भरा समझ के कोई रियायत करनी होगी कर ली, नहीं तो जिन्ना चलन डिया आपां उन्ना ही दवांगे ठेका, आपां इह गल तों मुकर दे नहीं हैगे। नहीं चल ठीक है कोई गल नहीं, मैनूं बाकी एक गल हो रही हो पहले कर लैनी चंगी आ, हुण तेरे सामने मैं ताए वाला थां लिया वा ठीक आ, तो मेरा हाथ मैनूं पता किन्ना तंग होना वा, पहली मैं दो साल ठेका नहीं देना तो दोवां सालों बाद कट्ठा ठेका दे दूंगा। विक्की फिर मैनूं हुण घर वी माड़ी जी सलाह करनी पैनी है ना, तो जे उन्हां नाल तू सलाह की उन्होंने तेरे गल ही पैना, उन्होंने मनना इस चीज़ नूं, हुण भरावां भरावां नूं तो कई वादे घाटे जरने भी पैंदे आ। चल ठीक है फिर, पर यही हो कि मैं फिर घर नहीं हो दसना, तो तू कोशिश करी कि थोड़ा बहुत ठेका पहला देन दी तां कि मैं कहन तो डिया वा जे मैनूं मेरा हाथ सौखा हो गया ठीक है साल दे विच विच तो मैं तैनूं दे दूंगा ठेका, नहीं तो दोवें सालों तक मेरे को ठेका ना मंगी वीर मेरा, जिदा मर्जी औखा हो सौखा हो गया चलाई दो अपने घर का ठीक है। मम्मी कित तु माड़ी मोटी टेंशन ले लिया करो, कम से कम जाके वेखो तो सही की गलबात कर रहे हैं, ओनू तो उन्होंने बुद्धू बना लेना मिनट चो की गलों च लिया के, कित तु टेंशन ले लिया करो मासा कि हाडे भी हक की गल कर लिया करो जाके। मैं तो नहीं गई इतने कह नहीं गई भी भाजी कला ही आई, मैं कि मेरे गल ही ना पै जाने, पर कोई नहीं फिर मैं जानी हाँ गल गाड़ी उन्होंने मैं नहीं डांग फड़ी है ना, आहो गल तो सुननी होंगी बंदे ने। चल ठीक आ साडे वालों कोई गल नहीं होंगी बस ठीक आ फिर आहो। हाँ तुम आ गए जो मगर हो गई गलबात, हाँ हो गई आओ चलिए ठीक आ ना हुण। नहीं मम्मी किन्ने आख्या है मगर आने, उन्हें आख्या ही ना चंगा भला भी लोड़ नहीं हैगी पिछे आने की किसी भजे गए आ मगर इन्ने ओदे असूलां ते पक्के रहिंदे भी जो उन्हें कहता ना उही होना चाहिए।
मम्मी हक हैगा वा हुण नवा सूखा किहड़ा छड्डणा आ की गल बात होई उत्थे किहड़ियां इन्ना मना के अपनियां कल्लियां उहने मैनू वी दसो जरा कु ਉਹ ਕੋਈ ਇੰਨੀ ਮਨਾਈ ਉਹਨੇ ਮੈਨੂੰ ਗੱਲਾਂ ਕੀਤੀਆਂ ਵਾ ਵਿਹਾਰੀ ਇੱਥੋਂ ਹੀ ਔਖਾ ਗਿਆ ਸੀ ਉੱਥੇ ਜਾ ਕੇ ਤੇ ਗੱਲਾਂ ਸਿੱਧੀਆਂ ਕੀਤੀਆਂ ਉਹਨੇ ਕੀ ਗੱਲਾਂ ਕੀਤੀਆਂ ਮੈਨੂੰ ਵੀ ਤਾਂ ਪਤਾ ਲੱਗਣੀਆਂ ਚਾਹੀਦੀਆਂ ਨਾ ਯਾਰ ਉਹ ਕਹਿੰਦਾ ਸੀ ਵੀ ਵੇ ਵੀਰ ਨਿਤ ਨਿਤ ਦਾ ਕਲੇਸ਼ ਮੇਰੇ ਕੋਲ ਨਹੀਂ ਕੀਤਾ ਜਾਂਦਾ ਅਤੇ ਤੇਰੇ ਦੇ ਨਾਲ ਖਾਸ ਕਰਕੇ ਲੜਾਈ ਨਹੀਂ ਕੀਤੀ ਜਾਂਦੀ ਤੇਰੇ ਵੱਲੋਂ ਮੇਰੇ ਵੱਲੋਂ ਨਾ ਸਮਝ ਲਈ ਕਿਤੇ ਅੱਛਾ ਆਹੋ ਅਤੇ ਪੈਲੀ ਦੀ ਮੌਲ ਦੀ ਅਤੇ ਨੌਕਰੀ ਦੀ ਅਸੀਂ ਗੱਲਬਾਤ ਕਰ ਆਏ ਹਾਂ ਕੀ ਗੱਲਬਾਤ ਕੀਤੀ ਆ गल ये हुई है भी पैली जी उन्हें रख लिया ठेके से साड़ी मॉल भी उन्हें रख लिया वा तो मैं नौकरी करूँगा तो ठेका दया करूँगा साड़ी पैली का सानू बाकी फसल बीज दया करूँगा वो वेली की हाँ कुछ नहीं हो गया चंगा भला वा होर की चाहिए वा मैनू हुण ये दस कि मैं बाहर नौकरी करूँगा क्या इतने पैली सांभूगा उन्हें इतने रहना वा अपनी भी पैली वाही जाऊगा साड़ी तो ठेका दे ही जाऊगा चलाक तो बड़ा वा बहुत ही ज़्यादा हुशियार वा मैं नहीं भी हुशियारी का तो कोई लेखा है ही नहीं जिन्या इन्हों के दोवह जिया भरिया पा क्यों हूँ की कर दिता उन्हें कि हुशियारी कर दी है संदीप सारा कुछ अपने हथाच करके बह गया वा तो फिर उन्होंने कहना वा कि तू बाहर नौकरी लभ ला होना नहीं मेरे को वो काम मॉल का जो कुछ भी है सारा कुछ उन्होंने पता वा कि गाहकों की लैना वा की देना वा जिन्हें भी बंदे आ सारे तो हथ रले आ नहीं तो हूँ मॉल च साडा हिस्सा रह ही नहीं गया फिर तो तेरे नौकरी की जो कमाई आन डी हूँ वो सारी अपने घर ही आनी आ ते दस जे नौकरी आप करनी हुण ओह वी कमाई उहनूं दे देणी आ उहदे अपने घर आउणी आउणी आ जदों तुसीं सांझा रल के पाया वा गल करके ते हुण उहनूं मॉल च ज्यादा कम पैण डिया पिया वा ते फिर संदीप लड़ाईआं हुंदीआं क्यों घर दे विच चीज़ां नहीं वंडे वंडोती कल नूं होणी होणी सी फिर की सांझा पाया वा ते सांझीआं लईआं चीज़ां वंडीआं नहीं जांदीआं बाद विच इहो ते गल्लां वा पहिलां खर्चा लाउण नूं ते गाड़ी गाड़ी हो गई सी ते कमाई कीती आ ना जिहड़ी 8-10 महीने कीती आ जे सही रहिंदे सारे ते हुण तां सारी उमर ही चली जांदा सारा कुछ काम तो खराब किया घर की कला ने मैनू तो कुछ समझ नहीं लगन दी कि बन की डिया तो गल्लां केड़ियां करन डे आ मेरा तो ही दिमाग खराब हो जाना मेरा छेती काम हो जाना वा तेरा छेती होवे तो तेरा मगरों होवे हुण इस फैसले तो उल्ट नहीं जाना किसी ने भी मैं गल कर आया वा तो बस कर आया वा मैं बाबा इन्ना तो दिना वारा सारा लै भी नहीं सकती सारिया ना तुम तो सारे एक बन्ने जे मैं तो कल ही एक पासे आ दिमाग ही खराब हो गया है जनानी का दिमाग खराब हो गया वा होर कुछ नहीं वो तेनू तेरी पैली का ठेका मिली जाना वा नौकरी मैं करी जानी आ ठीक है जो कर आए जे ठीक है तो चंगा भला वा होर की होना वा एहो कुछ ही हुंदा वा हुण मैनू ए दसो भी गल मकाई की आ गल ए मकाई आ कि झोने पक्कण तक सारा कुछ पहला वांगू ही चलना वा जिदा चलदा आउण डिया कणक उहने बीजणी आ उदों तो आटा ठेका देना उन्हें छड्ड संदीप घर च इदा ही हुंदा आ वंड वंडाइया च इदा ही आ थोड़ा बहुता कसारा एक जने नूं तो लगता ही आ पर लड़ाई नहीं घर च चंगी हुंदी पुत जान दे इन्हां गल्लां नूं तूं ते छड्डी आ मैं कड़ी लड़ाई फड़ के रखी आ